ਇਹ ਚੌਂਕਾਂ 'ਤੇ ਖੜ੍ਹਾ ਪੁਲਿਸ ਵਾਲਾ ਇੱਕ ਬਹੁਤ ਮਜ਼ੇਦਾਰ ਖਿਡੌਣਾ ਹੈ। ਤੁਹਾਨੂੰ ਇਸ ਲਈ ਇੱਕ ਸਖ਼ਤ ਸਟ੍ਰੋ, ਦੋ ਪਤਲੀਆਂ ਸਟ੍ਰੋ, ਟੇਪ, ਧਾਗਾ, ਮੋਤੀ ਅਤੇ ਗੱਤੇ ਦੀ ਸ਼ੀਟ ਅਤੇ ਪੁਲਿਸ ਵਾਲੇ ਦਾ ਚਿਹਰਾ। ਦੋਨੋਂ ਪਤਲੀਆਂ ਸਟ੍ਰੋ 'ਤੇ 4 V ਆਕਾਰ ਦੇ ਨਿਸ਼ਾਨ ਜਾਂ 20 ਨੋਚਿਸ ਦੇ ਕੱਟ ਪਾਓ। ਇਹ ਕੱਟ 2 ਸੈਂਟੀਮੀਟਰ ਦੀ ਦੂਰੀ 'ਤੇ ਹੋਣੇ ਚਾਹੀਦੇ ਹਨ। ਫਿਰ ਇੱਕ ਸਟ੍ਰੋ ਵਿੱਚੋਂ ਧਾਗਾ ਬੁਣੋ। ਸਟ੍ਰੋ ਦੇ ਬੁਣੇ ਧਾਗੇ 'ਤੇ ਇੱਕ ਸਿਰੇ 'ਤੇ ਟੇਪ ਲਗਾਓ। ਇਸ ਕੋਨੇ 'ਤੇ ਟੇਪ ਲੱਗੀ ਹੋਈ ਹੈ, ਇਸ ਲਈ ਇਹ ਹਿੱਲ ਨਹੀਂ ਸਕਦਾ। ਇਹੋ ਜਿਹੀਆਂ 2 ਹੋਰ ਅਸੈਂਬਲੀਆਂ ਪਤਲੀਆਂ ਸਟ੍ਰੋ ਅਤੇ ਧਾਗੇ ਨਾਲ ਬਣਾਓ। ਮੋਟੀ ਲਾਲ ਸਟ੍ਰੋ ਵਿੱਚ ਵੀ ਧਾਗਾ ਪਾਓ ਅਤੇ ਹੁਣ ਨਾਲ ਚਿੱਟੀਆਂ ਪਾਈਪਾਂ ਨੂੰ ਵੀ ਧੱਕੋ। ਚਿੱਟੀਆਂ ਪਾਈਪਾਂ ਪੁਲਿਸ ਵਾਲੇ ਦੀਆਂ ਬਾਹਾਂ ਬਣਨਗੀਆਂ। ਪੁਲਿਸ ਵਾਲੇ ਦਾ ਚਿਹਰਾ ਇੱਕ ਹੋਰ ਪਤਲੀ ਸਟ੍ਰੋ 'ਤੇ ਲਗਾਓ। ਇਹ ਸਟ੍ਰੋ ਦਾ ਟੁਕੜਾ ਵੀ ਮੋਟੀ ਨਾਲ ਲਾਲ ਸਟ੍ਰੋ ਦੇ ਵਿੱਚ ਪਾਓ। ਧਾਗੇ ਦੇ ਸਿਰਿਆਂ 'ਤੇ ਮੋਤੀ ਲਗਾਓ। ਹੁਣ ਪੁਲਿਸ ਵਾਲਾ ਪੂਰੀ ਤਰ੍ਹਾਂ ਤਿਆਰ ਹੈ ਟ੍ਰੈਫਿਕ ਸੰਭਾਲਣ ਲਈ। ਜੇ ਤੁਸੀਂ ਇੱਕ ਮੋਤੀ ਖਿੱਚੋਗੇ ਤਾਂ ਇਹ ਬਾਂਹ ਨਿਭ ਜਾਏਗੀ, ਦੂਜਾ ਮੋਤੀ ਖਿੱਚਣ 'ਤੇ ਦੂਜੀ ਬਾਂਹ ਨਿਭ ਜਾਏਗੀ। ਦੋਨਾਂ ਮੋਤੀਆਂ ਨੂੰ ਖਿੱਚਣ ਨਾਲ ਦੋਨੋਂ ਬਾਹਾਂ ਹਿੱਲਣਗੀਆਂ। ਪੁਲਿਸ ਵਾਲੇ ਨੂੰ ਟ੍ਰੈਫਿਕ ਨੂੰ ਸੰਭਾਲਦੇ ਵੇਖ ਕੇ ਬਹੁਤ ਹੀ ਆਨੰਦ ਆਉਂਦਾ ਹੈ। ਇਹ ਮਜ਼ੇਦਾਰ ਖਿਡੌਣਾ ਤੁਹਾਨੂੰ ਘੰਟਿਆਂ ਤੱਕ ਰੁਝਾ ਕੇ ਰੱਖੇਗਾ।